ਫਿਲਮ ਵੀਰੇ ਦੀ ਵੈਡਿੰਗ ਦੇ ਸੌਂਗ ਲਾਂਚ ਤੇ ਸਾਰੇ ਸਿੰਗਰਸ ਨੇ ਲਾਈਵ ਪਰਫਾਰਮ ਕੀਤਾ ਔਰ ਇਸ ਸੌਂਗ ਲਾਂਚ ਤੇ ਨਜ਼ਰ ਆਏ ਸਾਰੇ ਸਟਾਰ ਕਾਸਟ ਪ੍ਰੋਡਿਊਸਰ ਏਕਤਾ ਕਪੂਰ, ਰੀਆ ਕਪੂਰ, ਨਿਖਿਲ, ਲੀਡ ਐਕਟਰੈਸ ਸੋਨਮ ਕਪੂਰ, ਕਰੀਨਾ ਕਪੂਰ, ਸਵਰਾ ਭਾਸਕਰ ਤੇ ਸ਼ਿਵਾਨੀ ਤਾਲਸਾਨੀਆ ਲਾਈਵ ਡਾਂਸ ਕਰਦੇ ਹੋਏ ਨਜ਼ਰ ਆਏ। ਸੋਨਮ ਤੇ ਕਰੀਨਾ ਨੇ ਇਸ ਮੌਕੇ ਤੇ ਕਿਹਾ ਕਿ ਜਦੋਂ ਉਨ੍ਹਾਂ ਦੇ ਪਤੀ ਆਨੰਦ ਤੇ ਸੈਫ ਨੇ ਉਨ੍ਹਾਂ ਨੂੰ ਤਾਰੀਫਾਂ ਵਿੱਚ ਦੇਖਿਆ ਤਾਂ ਸੋਨਮ ਨੇ ਦੱਸਿਆ ਕਿ ਆਨੰਦ ਨੇ ਕਿਹਾ ਕਿ ਸੋਨਮ ਅੱਛੀ ਲੱਗ ਰਹੀ ਹੈ ਤੇ ਕਰੀਨਾ ਨੇ ਕਿਹਾ ਕਿ ਉਸ ਨੂੰ ਸੈਫ ਨੇ ਜੋ ਕਿਹਾ ਉਹ ਸਾਰਿਆਂ ਦੇ ਸਾਹਮਣੇ ਨਹੀਂ ਦੱਸ ਸਕਦੀ। ਬਾਂਦਰਾ ਦੇ ਰੈਸਟੋਰੈਂਟ ਵਿੱਚ ਟਾਈਗਰ ਸ਼ਰਾਫ ਨੂੰ ਦੇਖਿਆ ਗਿਆ ਜਿੱਥੇ ਉਹ ਡਿਨਰ ਦੇ ਲਈ ਗਏ ਹੋਏ ਸੀ ਤੇ ਉੱਥੇ ਹੀ ਸਲਮਾਨ ਦੀ ਰਿਊਮਰਡ ਗਰਲਫ੍ਰੈਂਡ ਲੂਲੀਆ ਵੈਂਤੂਰ ਨੂੰ ਵੀ ਦੇਖਿਆ ਗਿਆ। ਜੁਹੂ ਦੇ ਸਿਨੇਮਾ ਵਿੱਚ ਫਿਲਮ ਡੈਡਪੂਲ 2 ਦੇਖਣ ਪਹੁੰਚੇ ਟਾਈਗਰ ਸ਼ਰਾਫ ਤੇ ਈਸ਼ਾਨ ਖੱਟੜ। ਇੱਥੇ ਟਾਈਗਰ ਦੇ ਨਾਲ ਫਿਲਮ ਦੇਖਣ ਦੇ ਲਈ ਦਿਸ਼ਾ ਪਟਾਨੀ ਵੀ ਪਹੁੰਚੀ ਪਰ ਉਹ ਕੈਮਰਿਆਂ ਨੂੰ ਚਕਮਾ ਦੇ ਕੇ ਨਿਕਲ ਗਈ। ਬਾਲੀਵੁੱਡ ਸਿੰਗਰ ਪਲਕ ਮੁੱਛਲ ਦਾ ਭਰਾ ਹੈ ਪਲਾਸ਼ ਮੁੱਛਲ, ਜਿਨ੍ਹਾਂ ਦਾ ਮੁੰਬਈ ਵਿੱਚ ਜਨਮ ਦਿਨ ਬੜੇ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਤੇ ਉਨ੍ਹਾਂ ਦੇ ਕਰੀਬੀ ਦੋਸਤ ਨਜ਼ਰ ਆਏ ਤੇ ਸਾਰੇ ਹੀ ਬਹੁਤ ਐਕਸਾਈਟਿਡ ਲੱਗ ਰਹੇ ਸੀ। ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਨੂੰ ਉਹਦੀ ਬੇਟੀ ਆਰਾਧਿਆ ਦੇ ਨਾਲ ਦੇਖਿਆ ਗਿਆ ਬਾਂਦਰਾ ਦੇ ਰੈਸਟੋਰੈਂਟ ਦੇ ਬਾਹਰ ਜਿੱਥੇ ਉਹ ਡਿਨਰ ਦੇ ਲਈ ਗਏ ਹੋਏ ਸੀ। ਆਰਪੀਐਲ ਜਾਣੀ ਰੂਟਸ ਪ੍ਰੀਮੀਅਰ ਲੀਗ ਹੈ ਇੰਡੀਆ ਦੀ ਪਹਿਲੀ ਕੰਪੀਟੀਟਿਵ ਲੀਗ। ਇਸ ਲੀਗ ਦੇ ਸਾਰੇ ਪਲੇਅਰਸ ਸੰਬੰਧ ਰੱਖਦੇ ਨੇ ਬਾਲੀਵੁੱਡ ਦੇ ਨਾਲ, ਜਿਹੜੇ ਕਿ ਇਸ ਵਿੱਚ ਫੁੱਟਬਾਲ ਵੀ ਖੇਡਦੇ ਨੇ। ਮੁੰਬਈ ਵਿੱਚ ਅਨੂਪ ਜਲੋਟਾ ਤੇ ਰੀਨਾ ਮਹਿਤਾ ਨੇ ਆਪਣੀ ਐਲਬਮ ਭੂਲ ਨਾ ਪਾਏ ਨੂੰ ਲਾਂਚ ਕੀਤਾ। ਇਸ ਮੌਕੇ ਤੇ ਅਨੂਪ ਜਲੋਟਾ ਤੇ ਰੀਨਾ ਮਹਿਤਾ ਨੇ ਇਸ ਐਲਬਮ ਦੇ ਬਾਰੇ ਵਿੱਚ ਗੱਲਾਂ ਕੀਤੀਆਂ। ਮੁੰਬਈ ਵਿੱਚ ਟੀਮ ਡਾਰਕ ਹਾਰਸਿਸ ਦੀ ਜਰਸੀ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਤੇ ਸਾਰਿਆਂ ਨੇ ਟੀਮ ਦੇ ਬਾਰੇ ਵਿੱਚ ਗੱਲਾਂ ਕੀਤੀਆਂ। ਟੀਮ ਡਾਰਕ ਹਾਰਸਿਸ ਇੰਡੀਆ ਦੇ ਛੁਪੇ ਹੋਏ ਟੈਲੈਂਟ ਨੂੰ ਚਾਂਸ ਦਿੰਦੀ ਹੈ। ਮਾਧੁਰੀ ਦੀਕਸ਼ਿਤ ਨੇਨੇ ਤੇ ਸੁਮਿਤ ਰਾਘਵਨ ਆਪਣੀ ਫਿਲਮ ਬਕਟ ਲਿਸਟ ਨੂੰ ਜੰਮ ਕੇ ਪ੍ਰਮੋਟ ਕਰ ਰਹੇ ਨੇ। ਇਸ ਸਿਲਸਿਲੇ ਵਿੱਚ ਉਹਨਾਂ ਨੂੰ ਇੱਕ ਸਪੈਸ਼ਲ ਸਕਰੀਨਿੰਗ ਦੇ ਦੌਰਾਨ ਕੀਤਾ ਗਿਆ ਸਪੌਟ। ਅਭਿਨੇਤਰੀ ਵਿਪਾਸ਼ਾ ਵਾਸੂ ਉਂਝ ਘੱਟ ਨਜ਼ਰ ਆਉਂਦੀ ਹੈ ਪਰ ਉਹਨਾਂ ਨੂੰ ਸਪੌਟ ਕੀਤਾ ਗਿਆ ਜੂਹੋ ਵਿੱਚ, ਜਿੱਥੇ ਉਹਨਾਂ ਨੇ ਕਾਫੀ ਸਮਾਂ ਬਤੀਤ ਕੀਤਾ ਤੇ ਉਹਨਾਂ ਨੇ ਕੁਝ ਫਿਟਨੈਸ ਦੇ ਪ੍ਰੋਡਕਟ ਵੀ ਖਰੀਦੇ।